ਸਾਰੇ ਪਿੱਛੇ ਗੱਲ ਦੇਖੋ ਹੀ ਹੈ ਕਿ ਸਾਡੀ ਸਕਾਫਤ ਨੂੰ ਖਤਮ ਕਰ ਦਿੱਤਾ। ਸ਼ਾਦੀਆਂ ਚ ਲੋਕ ਮਹਿੰਦੀ ਦੇ ਨਾਂ ਤੇ ਬੈਠੇ ਹੁੰਦੇ ਸਨ, ਹੁਣ ਪਾਦਰੀ ਸਾਹਿਬ ਦੇ ਹਾਜੀ ਸਾਹਿਬ ਦੇ ਗੱਲ ਤੋਂ ਉਹਦੇ ਕੰਮ ਵੀ ਹੈ। ਸਕਾਫਤ ਜੋੜ ਕੇ ਮਜ਼ਹਬ ਨਹੀਂ ਜੋੜ ਰਹੇ। ਜਿਹਨਾਂ ਮੁਲਕਾਂ ਦੇ ਵਿੱਚ ਉਹਨਾਂ ਦੀਆਂ ਸਕਾਫਤਾਂ ਕਾਇਮ ਨੇ, ਉਹਨਾਂ ਮੁਲਕਾਂ ਦੇ ਵਿੱਚ ਅੱਜ ਵੀ ਲੋਕ ਇੱਕ ਦੂਜੇ ਦੇ ਨਾਲ ਜੁੜੇ ਚੱਲੇ ਨੇ। ਇਹ ਤੁਸੀਂ ਕਹਿੰਦੇ ਯੂਰਪ ਦੇ ਵਿੱਚ ਵੱਡੀਆਂ ਵੱਡੀਆਂ ਰੈਲੀਆਂ ਆਪਣੀਆਂ ਸਕਾਫਤੀ ਕੱਢਦੇ ਨੇ, ਅਸੀਂ ਇੱਥੇ ਖਤਮ ਹੋ ਰਹੇ ਹਾਂ। ਮਜ਼ਾ ਪਤਾ ਜਾਂਦਾ ਹੈ, ਦੁਨੀਆਂ ਦੀ ਹਰ ਚੀਜ਼ ਬਦਲ ਜਾਂਦੀ ਹੈ, ਲੇਕਿਨ ਇੱਕ ਚੀਜ਼ ਨਹੀਂ ਬਦਲਦੀ, ਆਪਣਾ ਦੇਸ਼, ਆਪਣਾ ਰੰਗ, ਆਪਣਾ ਢੰਗ ਤੇ ਆਪਣੀ ਜ਼ੁਬਾਨ। ਜ਼ੁਬਾਨ ਵੀ ਜੋੜਦੀ ਹੈ। ਅਸੀਂ ਪੰਜਾਬੀਆਂ ਨੇ ਸਮਝਦੇ ਹਾਂ ਪੰਜਾਬੀ ਜਿਹੜੀ ਨਾ ਕਾਲ ਹੈ। ਤੁਸੀਂ ਦੇਖੋ ਪਸ਼ਾਵਰ ਦੇ ਵਿੱਚ ਚਲੇ ਜਾਓ, ਪਠਾਣ ਇੱਕ ਦੂਜੇ ਨਾਲ ਗੁਫ਼ਤਗੂ ਕਰਨਗੇ, ਉਹ ਪਸ਼ਤੋ 'ਚ ਕਰਨਗੇ। ਅਗਰ ਪਠਾਣ ਪੰਜਾਬ 'ਚ ਹੈ ਤੇ ਇੱਕ ਪੰਜਾਬੀ ਦੇ ਦੋ ਪਠਾਣ ਖੜੇ ਨੇ, ਉਹ ਜਦੋਂ ਪੰਜਾਬੀ ਵੱਲ ਮੂੰਹ ਕਰਨਗੇ ਤੇ ਉਹ ਸ਼ਾਇਦ ਉਰਦੂ 'ਚ ਗੱਲ ਕਰਨ ਲੱਗੇ, ਜਦੋਂ ਆਪਣੇ ਵੱਲ ਮੂੰਹ ਕਰਦੇ ਨੇ ਤੇ ਆਪਣੀ ਪਸ਼ਤੋ ਜ਼ੁਬਾਨ 'ਚ ਗੱਲ ਕਰਦੇ ਨੇ। ਤੇ ਸਾਡੀ ਜ਼ੁਬਾਨ ਜਿਹੜੀ ਹੈ ਇਹ ਯੂਟਿਊਬ ਤੇ ਰਹਿ ਗਈ ਹੈ, ਉਹ ਵੀ ਸਿੱਖਾਂ ਨੇ ਜਿੱਦਾਂ ਕੀਤੀ ਹੈ ਤੇ ਉਹ ਵੀ ਸਾਨੂੰ ਲੱਭਦੀ ਹੈ। ਜਿਹੜੇ ਸਿੱਖ ਜਾਂ ਹਿੰਦੁਸਤਾਨ 'ਚ ਨੇ ਜਾਂ ਯੂਰਪ ਅਮਰੀਕਾ 'ਚ, ਯੂਰਪ ਅਮਰੀਕਾ 'ਚ ਜਿਹੜੇ ਤੋਂ ਮਸੀਹ ਵੀ ਜਾਂਦੇ ਨੇ, ਮੁਸਲਮਾਨ ਵੀ ਜਾਂਦੇ ਨੇ, ਉਹ ਵੀ ਉੱਥੇ ਜਾ ਕੇ ਪੰਜਾਬੀ ਸਿੱਖਦੇ ਨੇ ਤੇ ਪੰਜਾਬੀ ਬੱਚਿਆਂ ਨੂੰ ਬੋਲਣ ਦੇ ਤਰਬੀਅਤ ਦਿੰਦੇ ਨੇ। ਉੱਥੇ ਜਾ ਕੇ ਸਾਨੂੰ ਸਮਝ ਆਉਂਦੀ ਹੈ ਕਿ ਸਾਡੀ ਜੁੜਤ ਕਿਵੇਂ ਹੈ। ਸਾਡੀ ਜੁੜਤ ਹੈ ਪੰਜਾਬੀ 'ਚ। ਤੁਸੀਂ ਕਿਸੇ ਪਰਾਏ ਦੇਸ਼ 'ਚ ਚਲੇ ਜਾਓ, ਉਹਨਾਂ ਦੇ ਪੰਜਾਬੀ ਨੂੰ ਪੰਜਾਬੀ ਦੀ ਆਵਾਜ਼ ਸੁਣਾਈ ਦੇਵੇ ਤੇ ਇੱਕ ਦੂਜੇ ਵੱਲ ਫਾਇਦੇ ਕਰਨ ਵਾਲੇ ਸਾਡੇ ਦਰਮਿਆਨ ਨੇ, ਜਿਹੜੇ ਸਾਨੂੰ ਆਪਣੇ ਆਰਟ ਨਾਲ, ਆਪਣੇ ਫਨ ਨਾਲ, ਆਪਣੇ ਮਜ਼ਾ ਨਾਲ ਸਾਨੂੰ ਖੁਸ਼ ਕਰਨਗੇ। ਤੇ ਮੈਂ ਚਾਹਾਂਗਾ ਜ਼ੋਰਦਾਰ ਤਾਲੀਆਂ ਉਹਨਾਂ ਵਾਸਤੇ ਵਜਾਵਾਂਗੇ ਤਾਂ ਕਿ ਉਹ ਆਉਣਗੇ ਔਰ ਆਪਣਾ ਫਨ ਸਾਡੇ ਸਾਹਮਣੇ ਸ਼ੇਅਰ ਕਰਨਗੇ। ਜਾਵੇਦ ਕਾਦਰ ਸਾਹਿਬ, ਬਹੁਤ ਖੂਬਸੂਰਤ ਟੈਲੈਂਟ ਰੱਖਣ ਵਾਲੇ, ਜ਼ੋਰਦਾਰ ਤਾਲੀਆਂ ਇਹਨਾਂ ਵਾਸਤੇ ਵਜਾ ਰਹੀਆਂ। ਅੱਜ ਕੱਲ੍ਹ ਦੇ ਦੌਰ ਦੇ ਵਿੱਚ ਕਿਸੇ ਨੂੰ ਹਾਸੇ ਵੰਡਣਾ ਬਹੁਤ ਔਖਾ ਕੰਮ ਹੈ, ਬਹੁਤ ਮੁਸ਼ਕਲ ਗੱਲ ਹੈ। ਮੈਜੋਰਟੀ ਰੱਖਦੇ ਹੋਇਆ ਵੀ ਉਹਨਾਂ ਦੇ ਮੁਹਤਾਜ ਸਨ। ਤੇ ਮੈਂ ਦੱਸਣਾ ਚਾਹਾਂਗਾ ਕਿ ਅੱਜ ਸਾਡਾ ਵਰਕਰ ਉਨੀ ਸੈਲਰੀ PIA ਦੀ ਨਹੀਂ, ਟੈਲੀਫੋਨ ਦੀ ਨਹੀਂ, ਇਹ ਹਾਲ ਹੀ ਚ ਵਜ਼ੀਰ ਆਜ਼ਮ ਨੇ 35% ਸੈਲਰੀ ਵਧਾਈ ਤੇ ਅਸੀਂ 85% ਵਧਾਈ। ਸਾਡਾ ਵਰਕਰ ਇਹ ਕੰਮ ਅਧੀਨ ਕਰਦਾ ਹੈ ਤੇ ਅਸੀਂ ਉਹਨੂੰ ਬਣਾ ਵੀ ਅਧੀਨ ਕੀਤਾ ਹੈ। ਸਾਡੇ ਵਰਕਰ ਦਾ ਕੋਈ ਮੱਥੇ ਵਿੱਚ ਨਹੀਂ ਕਰ ਸਕਦਾ। ਅੱਜ ਮੈਂ ਦੱਸਣਾ ਚਾਹੁੰਦਾ ਵਾਂ ਕਿ ਅਸੀਂ ਵਾਸਾ ਵਿੱਚ ਇੱਕ ਇਹੋ ਜਿਹੀ ਟ੍ਰੈਡੀਸ਼ਨ ਰਵਾਇਤ ਜਨਮ ਦਿੱਤੀ ਹੈ ਕਿ ਇੱਕ ਪਲੇਟ ਇੱਕ ਗਲਾਸ ਹੋਇਆ ਜਿਹੜਾ ਅੱਜ ਤੱਕ ਨਹੀਂ ਸੀ ਹੋਇਆ। ਅਸੀਂ ਵਾਸਾ ਨੂੰ ਯੂਰਪ ਤੋਂ ਵੀ ਅੱਗੇ ਲੈ ਕੇ ਜਾ 16 ਸਕੇਲ, ਪਹਿਲਾ ਸਕੇਲ ਇੱਕ ਪਲੇਟ ਇੱਕ ਗਲਾਸ ਬਗੈਰ ਕਿਸੇ ਤਫਰੀਕ ਤੋਂ
ਖਾ ਰਿਹਾ ਹੈ, ਰਲ ਕੇ ਸਾਰਾ ਕੁਝ ਕਰ ਰਿਹਾ। ਕਾਰਪੋਰੇਸ਼ਨ ਦਾ ਵਰਕਰ ਅੱਜ ਜ਼ੁਲਮ ਦੀ ਸਿਤਮ ਦੀ ਜ਼ਿੰਦਗੀ ਗੁਜ਼ਾਰ ਰਿਹਾ ਹੈ। ਕਾਰਪੋਰੇਸ਼ਨ ਦਾ ਵਰਕਰ ਉਹਨੂੰ ਪੁੱਛੋ ਤੇਰੀ ਸਰਵਿਸ ਕਿੰਨੀ ਹੈ, ਤੇ ਕਹਿੰਦਾ ਬੱਤੀ ਸਾਲ। ਜਦੋਂ ਉਹਦੇ ਕੋਲ ਪੰਜਾਹ ਪੁੱਛੀ ਦੀ ਹੈ ਤੇ ਕਹਿੰਦਾ ਨੱਬੀ ਸਾਲ। ਤੇ ਮਿਲਦੀ ਕਦੋਂ ਹੋਵੇ, 25 ਨੂੰ, 24 ਨੂੰ, 23 ਨੂੰ, 22 ਨੂੰ। ਸਾਡਾ ਵਰਕਰ ਹਾਲ ਹੀ ਭਰਤੀ ਹੋਇਆ 17 ਵਿੱਚ, ਉਹਦੀ ਤਨਖਾਹ 53,000 ਤਿੰਨ ਸਾਲ ਦੀ ਸਰਵਿਸ ਦੀ ਪੁੱਛਿਆ। ਇੱਕ ਵਾਰੀ ਸਾਡਾ ਸੈਲਰ ਬੈਂਕ ਹੈ, ਸਾਡੇ ਵਰਕਰ ਬੈਂਕ ਗਿਆ, ਉਹਨੇ ਕਿਹਾ 70,000 ਦਾ ਚੈੱਕ ਭਰ ਦਿਓ। ਸੀਵਰ ਬੈਂਕ ਦੀ 80,000, 90,000 ਸੈਲਰੀ ਹੋਈ ਹੈ, 100% ਦੂਸਰੇ ਬੈਂਕ ਦੇ ਨਾਲੋਂ ਅਸੀਂ ਜ਼ਿਆਦਾ ਲੈ ਰਹੇ ਹਾਂ। ਤੇ ਮੈਂ ਸਭ ਦੋਸਤਾਂ ਅੱਗੇ, ਦੂਸਰੇ ਜਿਹੜੇ ਅਦਾਰਿਆਂ ਦੇ ਸਰਬਰਾਹ, ਉਹਨਾਂ ਅੱਗੇ ਰਿਕੁਐਸਟ ਕਰਾਂਗਾ ਕਿ ਜੇ ਅਸੀਂ ਉਹਨਾਂ ਲਈ, ਅਸੀਂ ਕਿਉਂ ਅੱਜ ਇੱਥੋਂ ਤੱਕ ਪਹੁੰਚੇ ਹਾਂ, ਅਸੀਂ ਆਪਣਾ ਘਰ ਨਹੀਂ ਵੇਖਿਆ, ਸਿਰਫ ਵਰਕਰ ਵੇਖਿਆ। ਉਹ ਜਿਹਨ ਭੱਟੀ ਸਾਹਿਬ ਨੇ ਦੱਸਿਆ ਦਿਨ ਰਾਤ ਇੱਕ ਕਰਕੇ ਅੱਜ ਪੂਰਾ ਵਾਸਾ, ਭੱਟੀ ਸਾਹਿਬ, ਤਨਵੀਰ ਸਾਹਿਬ ਜਾਣਦੇ, ਸਾਰੇ ਸਾਡੇ ਭਾਈ ਨੇ, ਉਹ ਅੱਜ ਵਾਸਾ ਇੰਜ ਲੱਗਦਾ ਜਿਵੇਂ ਕ੍ਰਿਸਚਨ ਹੈ। ਮੇਰੇ ਇੱਕ ਹੋਰ ਦੱਸਾਂਗਾ ਕਿ ਪਾਕਿਸਤਾਨ ਦੀ ਤਰੀਖ ਦਾ ਇਹ ਪਹਿਲਾ ਵਾਕਿਆ ਹੈ ਕਿ ਕਿਸੇ ਅਦਾਰੇ ਦਾ ਸਰਪਰਾ ਕਿਸੇ ਅਦਾਰੇ ਵਿੱਚ ਮਸੀਹ ਯੂਨੀਅਨ ਕੀਤੀ ਹੋਈ। ਪਾਕਿਸਤਾਨ ਚ ਕਿਤੇ ਨਹੀਂ, ਸਿਰਫ ਭੱਟੀ ਸਾਹਿਬ ਦਾ ਫੈਸਲਾ ਵਾ, ਵਾਸਾ ਨੂੰ ਇਹ ਅੱਲਾ ਨੇ ਸ਼ਰਮ ਦਿੱਤਾ। ਉਹ ਵੀ ਵਜ੍ਹਾ ਕੀ ਹੈ, ਇਹ ਕ੍ਰਿਸਚਨ ਟਾਊਨ ਦੀ ਕਿਆਦਤ ਹੈ, ਇਹ ਕ੍ਰਿਸਚਨ ਟਾਊਨ ਨੂੰ ਇਹ ਅਧਾਰ ਮਿਲਿਆ। ਮੈਂ ਦੱਸ ਰਿਹਾ ਹੁੰਦਾ ਵਾ ਕਿ ਦੁਨੀਆਂ ਵੀ ਮੈਂ ਬਾਅਦ ਚ, ਪਹਿਲੋਂ ਮੈਂ ਕ੍ਰਿਸਚਨ ਟਾਊਨ ਆ। ਕ੍ਰਿਸਚਨ ਟਾਊਨ ਦੀ ਵਜ੍ਹਾ ਤੋਂ ਇਹ ਸਾਡੇ ਇੱਕ ਕ੍ਰਿਸਚਨ ਟਾਊਨ ਨੂੰ ਇੱਕ ਵੀਕਾ ਹੈ, ਜਿੰਨਾ ਭੱਟੀ ਸਾਹਿਬ ਵਰਗੇ ਸਲੇਵ ਲੀਡਰ, ਹਰ ਵੱਡੀ ਕਿਆਦਤ, ਹਰ ਜੁਰਤ ਵਾਲੀ ਕਿਆਦਤ, ਹਰ ਜੁਰਤ ਵਾਲਾ ਜਲੂਸ ਇੱਥੋਂ ਹੀ ਨਿਕਲਿਆ। ਜਦੋਂ ਵੀ ਕੋਈ ਮੁਲਕ ਤੇ ਰਸੀਆਂ ਦੇ ਮੁਸ਼ਕਲਾਂ ਆਈਏ ਤੇ ਇੱਥੋਂ ਹੀ ਨੁਮਾਇੰਦਗੀ ਹੋਈ ਹੈ। ਮੈਂ ਗੁਜ਼ਾਰਿਸ਼ ਕਰਾਂਗਾ ਕਿ ਇਹ ਪਾਕਿਸਤਾਨ ਸਾਡਾ ਹੈ, ਅਸੀਂ ਇੱਥੇ ਆਪਣਾ ਕਲਚਰ ਭੁੱਲ ਰਹੇ ਹਾਂ, ਅਸੀਂ ਇੱਥੇ ਪੈਨਸ਼ਰਟ ਪਾ ਰਹੇ ਹਾਂ, ਅਸੀਂ ਇੱਥੇ ਯੂਨੀਵਰਸਿਟੀ ਜਿਹੜੀ ਉਹ ਨਕਲ ਲਾ ਰਹੇ ਹਾਂ। ਮੈਂ ਨਵਾਬ ਅਕਬਰ ਬੁੱਟੀ ਦੀ ਗੱਲ ਦੱਸਾਂਗਾ, ਉਹ ਜਦੋਂ ਯੂਰਪ ਚ ਪੜ੍ਹਨ ਗਿਆ ਨਾ, ਤੇ ਉਹਨੇ ਆਪਣਾ ਉਹ ਕਾਨੂੰਨੀ ਲਿਬਾਸ ਪਾਇਆ, ਤੇ ਉਹਨੇ ਚਾਂਸਲਰ ਨੂੰ ਬੁਲਾਇਆ, ਉਹਨੇ ਕਿਹਾ ਇੱਥੇ ਤੇ ਜੀ ਜੁਰਮ ਤੇਰਾ ਇੰਨਾ ਫੈਨ ਇੰਨਾ ਜੁਰਮਾਨਾ। ਉਹਨੇ ਕਿਹਾ ਜੀ ਮੇਰਾ ਕੋਰਸ ਕਿੰਨਾ ਹੈ, ਡਾਕਟਰ ਸਾਹਿਬ ਕੋਰਸ ਕਿੰਨਾ ਹੈ, ਉਹਨੇ ਕਿਹਾ ਇੰਨਾ। ਉਹਨੇ ਕਿਹਾ ਸਾਰੇ ਜੁਰਮਾਨਾ ਕਹੋ, ਮੈਂ ਆਪਣੇ ਲਿਬਾਸ ਪਾਉਣਾ। ਉਹਦੇ ਨਾਲ ਕੀ ਹੋਇਆ, ਉਹ ਪੂਰੀ ਯੂਨੀਵਰਸਿਟੀ ਵਿੱਚ, ਪੂਰੇ ਯੂਰਪ ਵਿੱਚ ਨਵਾਬ ਅਕਬਰ ਬੁੱਟੀ ਮਸ਼ਹੂਰ ਹੋਇਆ, ਕਿਉਂਕਿ ਉਹਦਾ ਲਿਬਾਸ ਪੰਜਾਬੀ ਸੀ। ਅਸੀਂ ਆਪਣੇ ਮੁਲਕ 'ਚ ਰਹਿ ਕੇ ਆਪਣਾ ਕਲਚਰ ਭੁੱਲ ਰਹੇ ਹਾਂ, ਅਸੀਂ ਆਪਣੀ ਜ਼ੁਬਾਨ ਭੁੱਲ ਰਹੇ ਹਾਂ। ਮਦਰ ਟੰਗ ਨੂੰ ਨਹੀਂ ਭੁੱਲਣਾ ਚਾਹੀਦਾ, ਅਸੀਂ ਆਪਣੀ ਮਦਰ ਟੰਗ ਵੀ ਭੁੱਲ ਰਹੇ ਹਾਂ।